ਲਓ ਖੀਰਾ ਵਾਲੀ ਪਿੰਡ ਦਾ ਗੱਗੀ ਕਬੱਡੀ ਪਾਉਣ ਦੇ ਲਈ ਪਦਿਆ ਹੋਇਆ ਹੈ। ਇੱਕ ਪਾਸੇ ਜ਼ਿਲ੍ਹਾ ਮਾਨਸਾ ਦਾ, ਨਾਲ ਕਹਿੰਦੇ ਜ਼ਿਲ੍ਹੇ ਮੋਗੇ ਦਾ ਮੇਰੇ ਮਿੱਤਰੋ, ਤੇ ਦੋਆ ਕਹਿੰਦੇ ਸੁਖਰੂ। ਇਹਨੂੰ ਜਾ ਦੋ ਪੈ ਜਾਓ, ਚਾਹ ਪਾਸਿਆਂ ਦੇ ਕੁੰਡੇ ਲਵਾ ਲਓ। ਇਹ ਗੱਗੀ ਹੈ, ਗੱਗੀ ਹੈ, ਇਹਦਾ ਹੋਇਆ। ਲਓ ਕਹਿੰਦੇ ਸ਼ੀਰੇ ਨੂੰ ਜੱਫਾ ਲੈ ਗਿਆ, ਆ ਕਹਿੰਦੇ ਗੱਗੀ ਹੈ, ਇਹ ਕਬੱਡੀ ਦਾ ਹਮਰ ਆ, ਇਹਨੇ ਟਰੈਕਟਰ ਜਿੱਤੇ ਆ। ਲਓ ਗੱਗੀ ਦੀ ਕਬੱਡੀ ਪੈ ਰਹੀ ਹੈ। ਦੀਪ ਸਿੰਘ ਗੱਗੀ ਖੀਰਾ ਵਾਲ ਪਿੰਡ ਦਾ ਨੌਜਵਾਨ ਨੰਬਰ ਲੈ ਕੇ ਵਾਪਸ ਜਾ ਤੇ ਇੱਧਰ ਬਿਪਨ ਹੋਣੀ ਤੇ ਨਾਲ ਮਿੱਠੂ ਅਜਮੇਰ ਨਿਊਜ਼ੀਲੈਂਡ ਹੋਣੀ ਕਹਿੰਦੇ ਵੀ ਗੱਗੀ ਦੀਆਂ ਤਿੰਨ ਰੇਡਾਂ 1100 ਦੀਆਂ ਮੇਰੇ ਵੀਰਿਓ, 1100 ਦੀ ਕਹਿੰਦੇ ਪਹਿਲੀ ਰੇਡ ਪੈ ਚੁੱਕੀ ਹੈ। ਖੀਰਾ ਵਾਲ ਪਿੰਡ ਆ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ। ਆਓ ਸਾਹਮਣੇ ਕਹਿੰਦੇ ਗੱਗੀ ਰੇਡ ਪਾ ਰਿਹਾ, ਇਹਨੂੰ ਜਾ ਦੋ ਪੈ ਜਾਓ, ਚਾਹ ਪਾਸਿਆਂ ਦੇ ਕੁੰਡੇ ਲਵਾ ਲਓ। ਇਹ ਗੱਗੀ ਹੈ, ਗੱਗੀ ਹੈ, ਇੱਥੇ ਤਾਂ ਡਿੱਗ ਡੁੱਗ ਕੇ ਹੀ ਪਹੁੰਚ ਜਾਂਦਾ ਹੈ। ਆਓ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੋ, ਜਿਹਨੇ ਟਰਾਈ ਕੀਤੀ ਹੈ। ਲਓ ਖੀਰਾ ਵਾਲੀ ਪਿੰਡ ਦਾ ਗੱਗੀ ਕਬੱਡੀ ਪਾਉਣ ਦੇ ਲਈ ਪਦਿਆ ਹੋਇਆ ਹੈ। ਇੱਕ ਪਾਸੇ ਜ਼ਿਲ੍ਹਾ ਮਾਨਸਾ ਦਾ, ਨਾਲ ਕਹਿੰਦੇ ਜ਼ਿਲ੍ਹੇ ਮੋਗੇ ਦਾ ਮੇਰੇ ਮਿੱਤਰੋ, ਤੇ ਦੋਆ ਕਹਿੰਦੇ ਸੰਗਰੂਰ ਦੇ, ਔਰ ਰੌਣਕਾਂ ਕਹਿੰਦੇ ਤਰਨ ਤਰਨ ਦੇ ਵਿੱਚ ਲੱਗੀਆਂ। ਉਹ ਧਰਤੀ ਸੁਰ ਸਿੰਘ ਜੀਆਂ ਦੀ ਆ, ਆਸ਼ੀਰਵਾਦ ਬਾਬਾ ਦਇਆ ਸਿੰਘ ਜੀਆਂ ਦੇ ਆ। ਉਹ ਪੱਲੇ 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 ਹੁਣੇ ਹੋਰੀ ਸੋ। ਮੈਂ ਪਹਿਲਾਂ ਆਖਿਆ ਸੀ ਵੀ ਕੁੰਡੇ ਕੁੰਡੇ ਪਾ ਲਓ ਜੇ ਮੇਰੇ ਵੀਰੋ ਗੱਗੀ ਫੜਨਾ।